ਅਕਾਲ ਤਖਤ ਸਾਹਿਬ ਦੇ ਸਤਿਕਾਰਯੋਗ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਹੋਣਾ ਨੂੰ ਘਰ ਜਾ ਕੇ ਧਮਕਾਉਣਾ ਅਤੇ ਦਮਦਮਾ ਸਾਹਿਬ ਦੇ ਸਤਿਕਾਰਯੋਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਬਾਰੇ ਜੋ ਮਾੜੀ ਸ਼ਬਦਾਵਲੀ ਦਾ ਇਸਤੇਮਾਲ, ਘਟੀਆ ਸ਼ਬਦਾਵਲੀ ਦਾ ਇਸਤੇਮਾਲ ਜਿਹੜਾ ਬਾਦਲ ਦਲ ਦੇ ਵਿਰਸਾ ਸਿੰਘ ਬਲਟੋਆ ਨੇ ਕੀਤਾ, ਆਮ ਆਦਮੀ ਪਾਰਟੀ ਨੂੰ ਕੰਡੈਮ ਕਰਦੀ, ਇਹਦੀ ਨਿਖੇਧੀ ਕਰਦੀ ਹੈ ਅਤੇ ਗਿਆਨੀ ਹਰਪ੍ਰੀਤ ਸਿੰਘ ਜੀ ਹੋਣਾ ਨੂੰ ਬੇਨਤੀ ਵੀ ਕਰਦੇ ਹਾਂ ਕਿ ਉਹ ਆਪਣੇ ਅਸਤੀਫੇ 'ਤੇ ਮੁੜ ਵਿਚਾਰ ਕਰਨ ਔਰ ਕੌਮ ਦੀ ਜਿਹੜੀ ਆ ਅਗਵਾਈ ਕਰਨ। ਔਰ ਪੰਜਾਬ ਦੇ ਲੋਕਾਂ ਨੂੰ ਵੀ ਅੱਜ ਪਤਾ ਲੱਗ ਗਿਆ ਕਿ ਅੱਜ ਜਿਹੜਾ ਅਕਾਲੀ ਦਲ ਬਾਦਲ ਅੱਜ ਇੱਕ ਸੀਟ 'ਤੇ ਸਿਮਟ ਕੇ ਰਹਿ ਗਿਆ, ਇਸ ਦੇ ਬਾਵਜੂਦ ਵੀ ਇਹਨਾਂ ਦਾ ਅਹੰਕਾਰ, ਇਹਨਾਂ ਦੀ ਘਟੀਆ ਦਰਜੇ ਦੀ ਰਾਜਨੀਤੀ ਅਤੇ ਨਿੱਜੀ ਲਾਹੇ ਲਈ ਸਿੱਖ ਸੰਸਥਾਵਾਂ ਦਾ ਮਿਸਯੂਜ਼ ਕਰਨਾ, ਵਰਤਣਾ, ਉਹਦਾ ਇੱਕ ਐਗਜ਼ਾਮਪਲ ਹੈ। ਔਰ ਜਦੋਂ ਇਹ ਲੋਕ ਸੱਤਾ 'ਚ ਰਹੇ ਹੋਣਗੇ ਬਾਦਲ ਕੇ, ਤਾਂ ਕਿਸ ਹੱਦ ਤੱਕ ਜਾ ਕੇ ਇਹਨਾਂ ਨੇ ਸਿੱਖ ਸੰਸਥਾਵਾਂ ਦਾ ਜਿਹੜਾ ਆ ਨਾਸ਼ ਕਰਨ ਦਾ, ਉਹਨਾਂ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਹੋਣਗੀਆਂ, ਆਪਣੇ ਆਪ 'ਚ ਅੰਦਾਜ਼ਾ ਲਾਇਆ ਜਾ ਸਕਦਾ। ਤਾਂ ਹੀ ਲੋਕਾਂ ਨੇ ਇਹਨਾਂ ਨੂੰ ਜਿਹੜਾ ਹੈ ਸੱਤਾ ਤੋਂ ਬਾਹਰ ਕੀਤਾ ਹੈ। ਆਮ ਆਦਮੀ ਪਾਰਟੀ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਜੀ ਹੋਣਾ ਨੂੰ ਬੇਨਤੀ ਵੀ ਕਰਦੀ ਹੈ, ਕਿਉਂਕਿ ਉਹਨਾਂ ਨੇ ਬੜੇ ਬੇਬਾਕੀ ਨਾਲ, ਇਮਾਨਦਾਰੀ ਨਾਲ, ਜ਼ਿੰਮੇਵਾਰੀ ਨਾਲ ਕੌਮ ਦੀ ਪਿਛਲੇ ਕਈ ਸਾਲਾਂ ਤੋਂ ਸੇਵਾ ਕੀਤੀ ਹੈ, ਉਹਨਾਂ ਦੀ ਅਗਵਾਈ ਦੀ ਕੌਮ ਨੂੰ ਲੋੜ ਹੈ। ਔਰ ਇਹਨਾਂ ਜਿਹੜੇ ਬਾਦਲ ਦਲ ਨੇ ਬਦਮਾਸ਼ ਪਾਲੇ ਆ, ਜਿਹੜੇ ਗੁੰਡੇ ਪਾਲੇ ਆ, ਜਿਹੜੇ ਧੌਂਸਬਾਜ਼ ਪਾਲੇ, ਇਹਨਾਂ ਦੀ ਪਰਵਾਹ ਨਾ ਕਰਨ ਔਰ ਆ ਕੇ ਆਪਣੇ ਅਸਤੀਫੇ 'ਤੇ ਮੁੜ ਵਿਚਾਰ ਕਰਨ ਔਰ ਕੌਮ ਦੀ ਅਗਵਾਈ ਕਰਨ।